ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁਅਲੈਕੁਮ ਵੇਖਦੇ ਪਿਓ ਤੁਸੀਂ ਪਾਕ ਪਤਨ ਪੰਜਾਬ ਟੀਵੀ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ ਜਿਵੇਂ ਕਿ ਦੋਸਤ ਜਾਣਦੇ ਨੇ ਅਸੀਂ ਡੇਲੀ ਬਾਈਆਂ ਵਾਸਤੇ ਅੱਛੇ ਤੋਂ ਅੱਛੇ ਨਵੇਂ ਤੋਂ ਨਵੇਂ ਔਰ ਮੁਖਤਲਿਫ ਜਾਨਵਰਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਦੋਸਤਾਂ ਨੂੰ ਜਿਹੜੀ ਮੱਝ ਵਿਖਾਉਣੀ ਹੈ ਅੱਲਾਹ ਦੇ ਹੁਕਮ ਦੇ ਨਾਲ ਕੋਈ ਬੰਦਾ ਸਾਲ ਵੱਜਦਾ ਰਹੇ 6 ਮਹੀਨੇ ਜ਼ੋਰ ਲਾ ਲਵੇ ਐਵੇਂ ਦੀ ਤੁਹਾਨੂੰ ਕਿਸੇ ਪਹਿਲਣ ਨਹੀਂ ਵਿਖਾਉਣੀ ਅੱਲਾਹ ਦੇ ਹੁਕਮ ਦੇ ਨਾਲ ਕੈਮਰਾਮੈਨ ਸਾਹਿਬ ਤੁਹਾਨੂੰ ਮੱਝ ਵਿਖਾਉਣਗੇ ਕੈਮਰਾਮੈਨ ਸਾਹਿਬ ਨੂੰ ਇਹ ਹੀ ਜਨਾਬ ਰਿਕੁਐਸਟ ਹੈ ਕੋਸ਼ਿਸ਼ ਕਰਕੇ ਮੱਝ ਵਿਖਾਵੇ ਅੱਛੇ ਤਰੀਕੇ ਦੇ ਨਾਲ ਤਾਂ ਕਿ ਦੋਸਤਾਂ ਨੂੰ ਸਰੂਰ ਆਉਣ ਤੁਹਾਡਾ ਜਨਾਬ ਦਿਲ ਖੁਸ਼ ਹੋਵੇ ਰੂਹ ਰਾਜ਼ੀ ਹੋਵੇ ਅੱਜ ਦੀ ਜਿਹੜੀ ਵੀਡੀਓ ਹੈ ਬੜੀ ਸਪੈਸ਼ਲ ਹੈ ਸਕਰੀਨ 'ਤੇ ਤੁਹਾਨੂੰ ਮੱਝ ਜਿਹੜੀ ਨਜ਼ਰ ਆਉਂਦੀ ਪਈ ਹੈ ਪਹਿਲਣ ਛੋਟੀ ਅੱਲਾਹ ਦੇ ਹੁਕਮ ਦੇ ਨਾਲ ਪਹਿਲਣ ਨੂੰ ਜਿਹੜਾ ਵੱਡਾ ਕੱਦ ਹੈ ਜਾਂ ਜਿਹੜੀ ਬਾਡੀ ਹੈ ਉਸ ਤੋਂ ਜ਼ਿਆਦਾ ਵੱਡਾ ਜਨਾਬ ਆਰਡਰ ਹੈ ਆਰਡਰ ਮਾਸ਼ਾਅੱਲਾ ਬੜਾ ਖੂਬਸੂਰਤ ਆਰਡਰ ਦੀ ਅਟੈਚਮੈਂਟ ਬੜੀ ਪਿਆਰੀ ਚੈੱਕ ਕਰਨਾ ਦੋਸਤਾਂ ਨੇ ਵੇਖਣ ਵਾਲੇ ਬਾਈਆਂ ਨੇ ਅਤੇ ਸ਼ਿਕਾਰੀਆਂ ਨੇ ਜਿਹੜੇ ਸ਼ਿਕਾਰੀ ਵੀਡੀਓ ਵੇਖਦੇ ਨੇ ਉਹਨਾਂ ਨੇ ਜਨਾਬ ਆਰਡਰ ਚੈੱਕ ਕਰਨਾ ਆਰਡਰ ਦੀ ਕਰਨੀ ਹੈ ਤਸੱਲੀ ਆਰਡਰ ਦੀ ਅਟੈਚਮੈਂਟ ਵੀ ਕਿੱਥੋਂ ਤੋਂ ਕਿੱਥੇ ਤੱਕ ਮਾਸ਼ਾਅੱਲਾ ਵਾਹੀ ਨੂੰ ਆਰਡਰ ਹੈ ਬੜਾ ਖੂਬਸੂਰਤ ਹੈ ਪੂਛ ਚੈੱਕ ਕਰਨੀ ਹੈ ਬਿਲਕੁਲ ਬਰੀਕ ਔਰ ਸੂ ਚੈੱਕ ਕਰਨੀ ਹੈ ਬਿਲਕੁਲ ਛੋਟੀ ਜਿਹੀ ਸੂ ਇਹ ਨਸਲੀ ਮੱਝ ਦਾ ਕੰਮ ਹੁੰਦਾ ਹੈ ਜਿਹੜੀਆਂ ਮੱਝਾਂ ਨਸਲੀ ਹੁੰਦੀਆਂ ਨੇ ਘਰ ਘਰਾਨੇ ਵਾਲੀਆਂ ਹੁੰਦੀਆਂ ਨੇ ਉਸ ਮੱਝ ਦੀ ਸੂ ਛੋਟੀ ਹੋ ਸੀ ਜਿੰਨੀ ਸੂ ਛੋਟੀ ਹੋ ਸੀ ਮੱਝ ਉਤਨੀ ਨਸਲ ਵਾਲੀ ਹੋ ਸੀ ਮੱਝ ਦਾ ਖੁੱਡਾ ਕੈਮਰਾਮੈਨ ਸਾਹਿਬ ਵਿਖਾਓ ਦੁਬਾਰਾ ਖੁੱਡਾ ਮੱਝ ਨੂੰ ਡੂਗਾ ਸਫਾਈ ਵਾਲਾ ਮਾਸ਼ਾਅੱਲਾ ਬੜਾ ਖੂਬਸੂਰਤ ਹੱਡੀ ਚੈੱਕ ਕਰਨੀ ਹੈ ਸਿੰਗਲ ਮੱਝ ਦੀਆਂ ਡਾਕਾਂ ਕਿਤਨੀਆਂ ਪਿਆਰੀਆਂ ਔਰ ਕਿਤਨੀਆਂ ਚੜੀਆਂ ਪੱਟ ਚੈੱਕ ਕਰਨੇ ਨੇ ਪਹਿਲਵਾਨਾਂ ਵਾਲੇ ਇਹਦੇ ਕੈਮਰਾਮੈਨ ਸਾਹਿਬ ਸਾਈਡ ਤੋਂ ਆਰਡਰ ਵਿਖਾਉਣਾ ਵੀ ਦੁਨੀ ਤੋਂ ਲੈ ਕੇ ਸੂ ਤੱਕ ਮਾਸ਼ਾਅੱਲਾ ਜੋਟੀ ਨੂੰ ਆਰਡਰ ਬੜਾ ਪਿਆਰਾ ਔਰ ਖੂਬਸੂਰਤ ਪਿਛਲੇ ਪੈਰ ਹਲਕੇ ਹਲਕੇ ਧੋਤੇ ਹੋਏ ਦੁਨੀ ਕੌੜੀ ਚੈੱਕ ਕਰਨੀ ਹੈ ਕੋਈ ਬੰਦਾ ਥੱਲੇ ਲੰਮਿਆ ਪੈ ਕੇ ਵੀ ਵੇਖੇ ਦੁਨੀ ਕੌੜੀ ਨਹੀਂ ਨਜ਼ਰ ਆਉਂਦੀ ਅੱਲਾਹ ਦੇ ਹੁਕਮ ਨਾਲ ਅੱਖਾਂ ਮਾਈ ਨੂੰ ਕਾਲੀਆਂ ਨੇ ਜਚਦੀਆਂ ਪਈਆਂ ਨੇ ਖੂਬਸੂਰਤ ਲਿਖਦੀ ਪਈ ਹੈ ਸਿਰ ਮਾਈ ਨੂੰ ਮਾਸ਼ਾਅੱਲਾ ਬੜਾ ਖੂਬਸੂਰਤ ਅਤੇ ਕਾਠਾਂ ਦੇ ਵਿੱਚ ਰੱਖਿਆ ਹੋਇਆ ਅੱਲਾਹ ਦੇ ਹੁਕਮ ਦੇ ਨਾਲ ਐਵੇਂ ਦੀ ਜਿਹੜੀ ਮੱਝ ਹੁੰਦੀ ਹੈ ਉਹ 10 ਸੂਹੇ ਸੂ ਕੇ ਇੱਥੋਂ ਸਿੰਘ ਨਹੀਂ ਪੱਟੇਗੀ ਇੱਥੋਂ ਥਣ ਨਹੀਂ ਵਧਾਉਣਾ ਇਹਨੇ ਜਨਾਬ ਬਾਡੀ ਸਟਰਕਚਰ ਇੱਥੇ ਰੱਖਣਾ ਵਾਪਸ ਲੈ ਆਓ ਮਾਸ਼ਾਅੱਲਾ ਅੱਜ ਅੱਲਾਹ ਦੇ ਹੁਕਮ ਦੇ ਨਾਲ ਜਿਹੜਾ ਦੋਸਤ ਵੇਖ ਸੀ ਉਹ ਮਾਸ਼ਾਅੱਲਾ ਹੀ ਕਹਿ ਸੀ ਅੱਲਾਹ ਦੇ ਹੁਕਮ ਦੇ ਨਾਲ ਅੱਜ ਦੋਸਤਾਂ ਨੇ ਖਾਣਾ ਛੱਡ ਦੇਣਾ ਹੈ ਅਗਰ ਕੋਈ ਬੰਦਾ ਖਾਣਾ ਖਾ ਕੇ ਵੀਡੀਓ ਵੇਖ ਰਿਹਾ ਹੋਣਾ ਤਾਂ ਉਹਨੇ ਆਖਣਾ ਪਹਿਲੇ ਮੱਝ ਵੇਖ ਲਵਾਂ ਫਿਰ ਖਾਵਾਂਗਾ ਲੰਮੀ ਟੋਰ ਇਹਨੂੰ ਥੋੜ੍ਹਾ ਜਿਹਾ ਟੁੱਟੀ ਫਿਰਦੀ ਨੂੰ ਵਿਖਾ ਦੋਸਤਾਂ ਨੂੰ ਪਤਾ ਚੱਲੇ ਮੱਝ ਨੀਲੀ ਦੀ ਅੱਲਾਹ ਦੇ ਹੁਕਮ ਦੇ ਨਾਲ ਖਾਸ ਨੀਲੀ ਦੀ ਚੱਕ ਹੋਤਾ ਦੀ ਸ਼ਹਿਜ਼ਾਦੀ ਹੈ ਚੱਕ ਹੋਤਾ ਜਨਾਬ ਮਸ਼ਹੂਰ ਹੈ ਮੱਝਾਂ ਦੇ ਹਵਾਲੇ ਦੇ ਨਾਲ 416 ਨੰਬਰ ਜਿਹੜਾ ਹੈ ਉਹ ਜਨਾਬ ਹੋਤੇ ਦਾ ਹੈ ਦੋਸਤਾਂ ਨੂੰ ਦੱਸ ਦੇਵੀਏ ਇਹ ਤੁਹਾਡੀ ਅੱਖਾਂ ਦੇ ਸਾਹਮਣੇ ਅੱਗੇ ਥੋੜ੍ਹਾ ਨਹੀਂ ਤਾਂ ਬੱਚਾ ਛਾਲ ਲੈ ਮਾਈ ਨੂੰ ਆਪੇ ਡਰਨ ਦੇ ਤਾਂ ਅੱਗੇ ਦੋਸਤਾਂ ਨੂੰ ਪਤਾ ਚੱਲੇ ਵੀ ਮਾਈ ਦੀ ਟੋਰ ਕਿਸ ਤਰ੍ਹਾਂ ਕੈਮਰਾਮੈਨ ਸਾਹਿਬ ਪਿੱਛੋਂ ਹੋ ਕੇ ਪਿਛਲੀ ਲੱਤ ਵਿਖਾਉਣੀ ਹੈ ਵੀ ਮੱਝ ਅਗਲੀ ਲੱਤ ਤੋਂ ਬਾਹਰ ਕੱਢ ਕੱਢ ਕੇ ਰੱਖਦੀ ਪਈ ਹੈ ਉਹ ਇਸ ਵਜ੍ਹਾ ਤੋਂ ਕੱਢ ਕੇ ਰੱਖਦੀ ਹੈ ਕਿ ਮੱਝ ਨੂੰ ਜਿਹੜਾ ਆਰਡਰ ਹੈ ਇਤਨਾ ਵੱਡਾ ਆਰਡਰ ਹੈ ਕਿ ਮੱਝ ਨੂੰ ਜਿਹੜੀ ਹੈ ਲੱਤ ਜਿਹੜੀ ਹੈ ਉਹ ਆਰਡਰ ਥੱਕ ਕੇ ਬਾਹਰ ਲੈ ਲਿਆਉਂਦਾ ਬਾਕੀ ਇੱਥੇ ਦੋਸਤਾਂ ਨੇ ਤਸੱਲੀ ਕਰਨੀ ਹੈ ਪੂਰੀ ਮਾਸ਼ਾਅੱਲਾ ਮੱਝ ਨੂੰ ਥਾਣ
ਬੜਾ ਖੂਬਸੂਰਤ ਤੇ ਮੁੱਠੀ ਮੁੱਠੀ ਦਾ ਥਣ ਲੱਗਿਆ, ਚਾਰੇ ਲੱਤਾਂ ਚੈੱਕ ਕਰਵਾਉਣੀਆਂ ਨੇ, ਹੀਰ ਸਿੱਧੀਆਂ ਔਰ ਥੰਮਾਂ ਵਰਗੀਆਂ ਮਾਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ। ਇੱਥੇ ਦੁਬਾਰਾ ਆਰਡਰ ਦੀ ਕਰਨੀ ਹੈ ਤਸੱਲੀ, ਇੱਥੇ ਕੋਈ ਬੰਦਾ ਫੁੱਟਾ ਰੱਖ ਕੇ ਪੈਮਾਨਾ ਰੱਖ ਕੇ ਜਨਾਬ ਮਿਲੇ ਤੇ ਇਨਸ਼ਾਅੱਲਾ ਫੁੱਟ ਚੜਾ ਚੱਡਾ ਤੇ ਮਾਸ਼ਾਅੱਲਾ ਅੱਗੇ ਪਿੱਛੇ ਪੱਟਾਂ ਤੋਂ ਫੁੱਟ ਫੁੱਟ ਬਾਹਰ ਕੱਢੀ ਫਿਰਦੀ ਹੈ। ਇੱਕੋ ਜਿਹੀ ਜਗ੍ਹਾ ਤੇ ਖੜਵੰਜੇ ਤੇ ਮਾਰੀ ਖੜੀ ਹੈ, ਨੀਵੀਂ ਉੱਚੀ ਨਹੀਂ ਕੀਤੀ ਹੋਈ, ਟੋਏ ਦੇ ਵਿੱਚ ਨਹੀਂ ਸੱਟੀ ਹੋਈ ਹੈ, ਨਾ ਹੀ ਪੈੜਾ ਛਕਾ ਕੇ ਪੱਟੇ ਪਾ ਕੇ ਤੁਹਾਨੂੰ ਵਿਖਾਉਂਦੇ ਪਏ। ਇਹ ਜਨਾਬ ਸਾਡੀ ਖਾਸੀਅਤ ਹੈ, ਜਾਨਵਰ ਤੁਹਾਨੂੰ ਅੱਛੇ ਤਰੀਕੇ ਦੇ ਨਾਲ ਵਿਖਾਈਦਾ ਹੈ, ਤੁਰਦਾ ਫਿਰਦਾ ਹਰ ਤਰ੍ਹਾਂ ਦੇ ਨਾਲ, ਹਰ ਹਵਾਲੇ ਦੇ ਨਾਲ। ਕੈਮਰਾਮੈਨ ਸਾਹਿਬ ਚਿਹਰਾ ਵਿਖਾਉਣਾ, ਮਾਈ ਨੂੰ ਕੰਨ ਵਿਖਾਉਣਾ ਨੇ, ਛੱਜਾਂ ਵਰਗੇ ਕੰਨ, ਮਾਈ ਦੀ ਗਿਰਦਨ ਚੈੱਕ ਕਰਨੀ ਹੈ, ਜਿਸ ਤਰ੍ਹਾਂ ਕੂੰਜ ਦੀ ਕੂੰਜ ਹੁੰਦੀ ਮਾਸ਼ਾਅੱਲਾ ਬਿਲਕੁਲ ਬਰੀਕ ਔਰ ਇੰਤਹਾਈ ਖੂਬਸੂਰਤ। ਦੁਨੀ ਕੋੜੀ ਦੁਬਾਰਾ ਵਿਖਾਉਣੀ ਹੈ ਦੋਸਤਾਂ ਨੂੰ, ਤਾਂ ਕਿ ਹਰ ਬੰਦਾ ਵੇਖ ਲਵੇ, ਹਰ ਬੰਦੇ ਨੂੰ ਜਨਾਬ ਪਤਾ ਚੱਲ ਜਾਵੇ। ਅੱਲਾ ਦੇ ਹੁਕਮ ਦੇ ਨਾਲ ਅੱਜ ਦੋਸਤਾਂ ਨੂੰ ਜ਼ਰੂਰ ਆਉਣੇ ਨੇ, ਜਿਹੜੇ ਵੇਖਣ ਵਾਲੇ ਬਾਈ ਨੇ ਸਾਡੇ ਨਾਲ ਜੁੜੇ ਨੇ ਮਾਸ਼ਾਅੱਲਾ ਪਾਕ ਪਤਨ ਪੰਜਾਬ ਟੀਵੀ ਦੇ ਨਾਲ। ਅੱਜ ਇਹ ਗੱਲ ਚੈਲੰਜ ਦੇ ਨਾਲ ਕਰਦਾ ਪਈ ਹਾਂ ਵੀ ਕੋਈ ਬੰਦਾ ਤੁਹਾਨੂੰ 6 ਮਹੀਨਿਆਂ ਦੇ ਵਿੱਚ ਵੀ ਐਵੇਂ ਦੀ ਪਹਿਲਣ ਵਿਖਾ ਦੇਵੇ, ਉਹਨੂੰ ਜਨਾਬ ਫਿਰ ਆਪਾਂ ਮੰਨ ਜਾਵਾਂਗੇ। ਇਨਸ਼ਾਅੱਲਾ ਗੱਲਾਂ ਨਾਲ ਬਾਂਹ ਬਾਂਹ ਕਦੇ ਨਹੀਂ ਕੀਤੀ, ਕੰਮ ਕਰਕੇ ਵਿਖਾਈਦਾ ਹੈ, ਇਨਸ਼ਾਅੱਲਾ ਵਿਖਾਉਂਦੇ ਰਹਾਂਗੇ। ਐਵੇਂ ਹੀ ਜਨਾਬ ਸਜਣਾ ਬੇਲੀਆਂ ਦੇ ਨਾਲ ਹਮੇਸ਼ਾ ਜਿਹੜਾ ਪਿਆਰ ਦਾ ਰਿਸ਼ਤਾ ਹੈ ਉਹ ਐਵੇਂ ਹੀ ਨਿਭਾਵਾਂਗੇ। ਬਾਕੀ ਹਰ ਬੰਦਾ ਗੱਲਾਂ ਨਾਲ ਨੀਲੀ ਤੁਹਾਨੂੰ ਵਿਖਾਉਂਦਾ ਹੈ, ਲੇਕਿਨ ਨੀਲੀ ਵਿਖਾਉਣੀ, ਨੀਲੀ ਦੱਸਣੀ, ਉਹ ਬੜਾ ਔਖਾ ਕੰਮ ਹੈ। ਗੱਲਾਂ ਨਾਲ ਤਾਂ ਹਰ ਬੰਦਾ ਹੀ ਆਖਦਾ, ਜਿਹੜਾ ਫੈਸਲਾਬਾਦ ਖਲਾ ਹੋਵੇ ਉਹ ਵੀ ਆਖਦਾ ਨੀਲੀ ਹੈ, ਗੁਜਰਾਤ ਕੋਈ ਖਲਾ ਹੋਵੇ ਉਹ ਵੀ ਆਖਦਾ ਨੀਲੀ ਹੈ, ਕੋਈ ਬੰਦਾ ਕਿਸੇ ਮੰਡੀ ਦੇ ਖਲਾ ਹੋਵੇ ਉਹ ਵੀ ਆਖਦਾ ਜੀ ਨੀਲੀ ਹੈ, ਕਿਉਂਕਿ ਨੀਲੀ ਦਾ ਜਿਹੜਾ ਮਾਲ ਹੈ ਉਹ ਵਿਕਦਾ ਸੌਖਾ। ਨੀਲੀ ਦੇ ਨਾਂ 'ਤੇ ਬੰਦੇ ਜਨਾਬ ਡੁਪਲੀਕੇਟ ਮੱਝਾਂ ਵੇਚਦੇ ਨੇ, ਲੋਗੋ ਨੀਲੀ ਦਾ ਹੁੰਦਾ ਅਤੇ ਮੱਝ ਰਾਵੀ ਦੀ ਹੁੰਦੀ ਹੈ, ਜਾਂ ਦੇਸੀ ਮੱਝ ਕਰਾਸ ਵਿਖਾ ਕੇ ਨੀਲੀ ਦਾ ਨਾਂ ਲੈ ਕੇ ਵੇਚਦੇ ਨੇ। ਅੱਲਾ ਦੇ ਹੁਕਮ ਦੇ ਨਾਲ ਮਾਈ ਨੂੰ ਦੁਬਾਰਾ ਆਰਡਰ ਚੈੱਕ ਕਰਨਾ, ਸਾਈਡ ਤੋਂ ਪਿੱਛੋਂ ਹਰ ਤਰ੍ਹਾਂ ਨਾਲ ਚੈੱਕ ਕਰਨਾ। ਮਾਸ਼ਾਅੱਲਾ ਕਰਮਾਂ ਵਾਲੀ ਮਸ਼ਕਾਂ ਲਾਈ ਫਿਰਦੀ ਹੈ, ਮਸ਼ਕਾਂ ਬੋਲ ਕੇ ਦੱਸਦੀਆਂ ਪਈਆਂ ਨੇ ਵੀ ਇੰਜ ਮਸ਼ਕਾਂ ਆਉਂਦੀਆਂ ਨੇ, ਗੱਲਾਂ ਨਾਲ ਬੰਦੇ ਐਵੇਂ ਮਸ਼ਕਾਂ ਬਣਾਈ ਰੱਖਦੇ ਨੇ, ਉਹਦਾ ਜਨਾਬ ਫਾਇਦਾ ਕੋਈ ਨਹੀਂ। ਅਤੇ ਬਾਕੀ ਆਪਾਂ ਸਾਰੀ ਗੱਲਬਾਤ ਜਿਹੜੀ ਹੈ ਉਹ ਕਰਨੇ ਹਾਂ ਮਾਲਕਾਂ ਦੇ ਨਾਲ ਸਾਂਝੀ, ਵੀ ਕੀ ਆਉਂਦੀ ਗੱਲ ਹੈ, ਸਾਰੀ ਡਿਟੇਲ ਜਿਹੜੀ ਹੈ ਉਹ ਤੁਹਾਨੂੰ ਲੈ ਕੇ ਦਿੰਦੇ ਹਾਂ ਮਾਲਕਾਂ ਦੀ ਜ਼ਬਾਨੀ। ਅੱਜ ਇਨਸ਼ਾਅੱਲਾ ਜਿਹੜੇ ਬੰਦੇ ਸ਼ਿਕਾਰੀ ਨੇ ਉਹਨਾਂ ਨੇ ਜਨਾਬ ਮਾਈ ਲੈਣੀ ਹੈ ਪੜ, ਕਿਉਂਕਿ ਸੋਨੇ ਦੀ ਕਦਰ ਸੁਨਾਰ ਨੂੰ ਆਉਂਦੀ ਹੈ, ਸੁਨਾਰੇ ਨੂੰ ਆਉਂਦੀ ਹੈ, ਅਤੇ ਜਿਹੜਾ ਹੀਰੇ ਦੀ ਕਦਰ ਹੈ ਉਹ ਜਵਾਰੀ ਨੂੰ ਆਉਂਦੀ। ਬਾਕੀ ਬਾਈ ਜਾਨ ਆਪਾਂ ਸਾਰੀ ਗੱਲ ਬਾਈ ਉਹਨਾਂ ਨੂੰ ਕਹਿੰਦੇ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ, ਕੀ ਹਾਲ ਚਾਲ ਹੈ ਜੀ? ਠੀਕ ਠਾਕ, ਸਿਹਤਾਂ ਤਬੀਤਾਂ ਠੀਕ ਹੈ? ਅੱਲਾ ਨਾ ਕਰਾਂ। ਕੀ ਨਾਮ ਹੈ ਜੀ ਆਪਣਾ? ਖਾਦਮ ਹੁਸੈਨ। ਬਾਈ ਖਾਦਮ ਹੁਸੈਨ, ਬਾਈ ਖਾਦਮ ਮੱਝ ਆਪਾਂ ਦਿੱਤੀ ਵਿਖਾ ਦੋਸਤਾਂ ਨੂੰ, ਵਾਰਾ ਦੱਸਣਾ ਵੀ ਮੱਝ ਕਿਨਵਾ ਹੈ ਜੀ? ਕਿਸੇ ਦੋਸਤ ਨੂੰ ਮਿਣਾ ਦੇਣਾ, ਚੁਆ ਦੇਣਾ, ਕੋਈ ਦੋਸਤ ਆਪਣੇ ਕੋਲ ਇੱਕ ਚੁਆਈ ਕਰੇ, ਦੋ ਕਰੇ, ਦੋ ਦਿਨ ਚੋਵੇ, ਚਾਰ ਦਿਨ ਚੋਂਦਾ ਰਹੇ, ਬਿਲਕੁਲ ਡੇਰਾ ਜਨਾਬ ਮੌਜੂਦ ਹੈ, ਖਾਣਾ ਪਾਣੀ ਰਿਹਾਇਸ਼ ਇਨਸ਼ਾਅੱਲਾ ਤੁਹਾਨੂੰ ਫਰਾਹਮ ਕੀਤਾ ਜਾਣਾ, ਕੋਈ ਦੋਸਤ ਮੌਕੇ ਤੇ ਆ ਕੇ ਆਪਣੀ ਚੋਣਾ ਚਾਹਵੇ ਤੇ ਤੁਸੀਂ ਜਨਾਬ ਚੋ ਸਕਦੇ ਹੋ। ਬੱਚਿਆਂ ਦੁੱਧ ਛੱਡ ਕੇ 14 ਕਿਲੋ ਆਪਾਂ ਚਵਾ ਸਾਂ,
ਬਾਕੀ ਬਚਦਾ ਜੀ 14 ਲੀਟਰ ਠੰਡਾ ਦੁੱਧ, 3.5 ਕਿਲੋ ਮੱਝ ਦੀ ਅਗਾੜੀ ਹੈ ਮਾਸ਼ਾਅੱਲਾ। ਪਹਿਲਾਂ ਨੂੰ ਕੀ ਅਗਾੜੀ ਚੰਗੀ ਤਰਕੜੀ ਹੈ, ਚੰਗੀ ਜੀ, ਪਹਿਲਾਂ ਨੂੰ ਇੰਨੀ ਅਗਾੜੀ ਨਹੀਂ ਹੁੰਦੀ ਤੇ ਨਾ ਹੀ ਏਡਾ ਵੱਡਾ ਆਰਡਰ ਹੁੰਦਾ ਅੱਲਾਹ ਦੇ ਹੁਕਮ ਦੇ ਨਾਲ। ਇਹ ਜਨਾਬ ਪਾਕ ਪਤਨ ਪੰਜਾਬ ਟੀਵੀ ਦੀ ਟੀਮ ਦਾ ਪਿਆਰ ਹੈ, ਕੋਸ਼ਿਸ਼ ਹੈ ਜਿਹੜੀ ਤੁਹਾਡੇ ਵਾਸਤੇ ਅਸੀਂ ਕਰਨੇ ਹੈ, ਇਵੇਂ ਦੇ ਹੀਰੇ ਤੁਹਾਨੂੰ ਲੱਭ ਲੱਭ ਕੇ ਵਿਖਾਉਂਦੇ ਹਾਂ। ਅੱਛਾ ਬਾਈ ਜਾਨੇ ਦੱਸਣਾ ਵੀ ਚੁਆ ਚੰਗੇ ਚੁਆ ਬਿਲਕੁਲ ਸੋਹਣਾ, ਕੋਈ ਛੱਟਾ ਫਾਰਾ ਨਾ ਸੋਹਣਾ ਚੁਆ ਨਗਰ ਨ ਮਰੋੜੀ ਨ ਫਾਰਾ ਇਹ ਸੋਹਣਾ ਪਸਮਾ ਸੱਟਦੀ ਹੈ ਮਾਸ਼ਾਅੱਲਾ, ਤੇ ਇਹ ਬੜਾ ਸਰੂਰ ਕਰਾ ਦੇ ਚੁਆ ਚੰਗੇ। ਬਾਕੀ ਮਾਸ਼ਾਅੱਲਾ ਇਹ ਸੂਈ ਹੋਈ ਹੈ, ਗੱਬਣ ਦੇ ਹੈ ਕੋਈ ਨਹੀਂ, ਮੌਕੇ ਦੇ ਆ ਕੇ ਆਪਣੀਆਂ ਧਾਰਾਂ ਮਾਰ ਸਕਦੇ ਹੋ, ਚੋ ਕੇ ਪਾਸ ਕਰਕੇ ਲੈ ਜਾ ਚਵਣ ਮਗਰ 100 ਮਾਈ ਤੋਂ ਅੱਗੇ ਆ ਸੀ ਮਾਸ਼ਾਅੱਲਾ। ਤੇ ਹੁਣ ਜਿਹੜਾ ਹੈ ਨਾ ਜਿਵੇਂ ਹੁਣ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ, ਇਵੇਂ ਹੁਣ ਸੋਹਣਾ ਜਿਹਾ ਮੁੱਲ ਕਰ ਮੱਝ ਦਾ, ਮੱਝ ਦਾ ਮੁੱਲ ਲੋ ਕਰਨ ਲਈ ਗਿਆ ਅੱਜ ਬੰਦੇ ਜਿਹੜਾ ਹੈ ਨਾ ਬਰੀਡਾਂ ਸ਼ਰੀਡਾਂ ਵਾਲਿਆਂ ਨੂੰ ਭੁੱਲ ਜਾਵੇ, ਜਿੱਥੇ 15-15 ਲੱਖ ਦੇ 25 ਲੱਖ ਦੇ 18 ਲੱਖ ਹੁੰਦਾ ਵੀ ਹੈ, ਇਵੇਂ ਗੱਲ ਹੈ 18-20 ਬਿਲਕੁਲ ਉੱਥੇ ਵੇਖ ਜਾਣੀ ਹੈ ਹਰ ਬੰਦੇ ਆਪਣੇ ਬਰੀਡ ਵਾਲੀ ਮੱਝ। ਤੇ ਆਪਾਂ ਉਹ ਕੰਮ ਨਹੀਂ ਕਰਨਾ, ਬਾਕੀ ਆਪਾਂ ਕਿਹੜੇ ਘਰ ਕੋਲੋਂ ਲਈਏ ਪਿੱਛੂ ਕੋਈ ਘਰ ਚੰਗਾ, ਉਹਨਾਂ ਦੇ ਮੈਂ ਸਾਰੀਆਂ ਇੱਕ ਦੂਜੇ ਤੋਂ ਵੱਧ ਹੋਏ ਸਹੀ ਹੈ, ਹਾਂ ਯਾਨੀ ਕਿ ਐਵੇਂ ਗਲਤ ਬਰੀਡ ਬਣਾ ਕੇ ਨਹੀਂ, ਨਹੀਂ 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 ਠੀਕ ਹੈ ਹਾਂ। ਤੇ ਹੁਣ ਬਸ ਮੋਲ ਕਰ ਵੀਡੀਓ ਲੰਮੀ ਆਉਂਦੀ ਵੀ ਯਾਰ ਬੰਦੇ ਆਖਣਾ ਵੀ ਘੰਟਾ ਖਾਬ ਖਾਬ ਦੇ ਹਾਰਟ ਤੇ ਜੀ ਮੋਲ ਲਾਇਆ, ਆਪਾਂ ਮੋਲ ਕਰ ਸਾਂ ਜਾਜ਼ ਯਸ ਨੋ ਵਾਲਾ ਹੋਵੇ ਯਸ ਨੋ ਵਾਲਾ, ਅਈ ਮੈਂ ਇਹ ਨਾ ਕਿ ਵੀ ਹੁਣ 100 ਛੱਡ ਦੇ ਤੂੰ ਆਪੇ ਮੋਲ ਸੁਣ ਤੇ ਆਖ ਸੀ ਵੀ ਠੀਕ, ਬਸ ਅੱਜ ਪਿਆਰ ਵਾਲਾ ਰੇਟ ਕਰ ਦੇ ਮੁਨਾਸਬ 8.5 ਲੱਖ ਰੁਪਏ ਦਾ ਮੋਲ ਦੇ, 8.5 ਲੱਖ ਰੁਪਇਆ ਅੱਛਾ 8.5 ਦੇ ਵਿੱਚ ਕੋਈ ਪਿਆਰ ਹੋ ਜਾ ਸੀ ਮੋੜ ਵੀ ਕੋ ਬੰਦਾ ਆਪਣਾ ਇਹ ਪੱਕਾ ਰੇਟ ਮੋੜ ਵੀ ਕੋ 5-10 ਹਜ਼ਾਰ ਦਾ ਕੋ ਸਿਗਰਟ ਪਾਣੀ ਕੋ ਜੂਸ ਜੂਸ ਕੋ ਚਾਹ ਬੋਤਲ ਨਹੀਂ ਆਪ ਖਿਦਮਤ ਪੂਰੀ ਕਰ ਦੇ ਹੋ ਜਾ ਸੀ ਠੀਕ ਹੈ। ਦੁਬਾਰਾ ਮਾਈ ਬੱਚੇ ਨੂੰ ਅੱਗੇ ਲਈ ਚੱਲ, ਕੈਮਰਾਮੈਨ ਸਾਹਿਬ ਬੱਚੇ ਨੂੰ ਨਜ਼ਰ ਮਰਾ ਲੈਣੀ ਹੈ ਤੇ ਮਾਈ ਦੁਬਾਰਾ ਵਗਾਣੀ ਹੈ ਟੁਰਦੀ ਫਿਰਦੀ ਦੋਸਤਾਂ ਨੂੰ ਅੱਗੇ ਸਹੀ ਤਰ੍ਹਾਂ ਮਾਈ ਟੁਰੀ ਨਹੀਂ ਅੱਗੇ ਅੱਗੇ ਜਾਣ ਦੇ ਰਮਾਜ ਪਿੱਛੇ ਕਰਦਾ ਸੀ ਲੈ ਸਕਦੇ ਹੋ। ਅਗਰ ਗੱਲ ਬੁਰੀ ਲੱਗੇ ਤੇ ਉਸ ਗੱਲ ਦੀ ਮਾਜ਼ਰਾ ਦੇ, ਲੇਕਿਨ ਚੀਜ਼ ਦੀ ਕਦਰ ਕਰਿਆ ਕਰੋ, ਚੀਜ਼ ਵੇਖੀ ਕਰੋ, ਰੇਟ ਨਾ ਵੇਖਿਆ ਕਰੋ। ਦੋਸਤ ਸਿਰਫ ਰੇਟ ਵੇਖਦੇ ਨੇ, ਮੱਝ ਨਹੀਂ ਚੈੱਕ ਕਰਦੇ ਤੇ ਫੋਨ ਕਰਦੇ ਭਾਈ ਅਸਾਂ ਜ਼ਿਆਦਾ ਹੋ ਗਿਆ ਰੇਟ, ਅੱਜ ਅੱਲਾ ਦੇ ਹੁਕਮ ਨਾਲ ਰੇਟ ਮੁਨਾਸਿਬ ਨੇ 8,50,000 ਵੇਚ ਚੜ 50 ਦੇ ਵਿੱਚ ਵੀ ਚਾਹਤਾਂ ਹੋਣੀਆਂ ਨੇ, ਪਿਆਰ ਹੋਣਾ ਇਨਸ਼ਾਅੱਲਾ ਮਾੜਾ ਮੋਟਾ, ਉਸ ਜ਼ਿਆਦਾ ਲੰਮਾ ਚੌੜਾ ਕੰਮ ਕੋਈ ਨਹੀਂ, ਲੰਮੇ ਰੋਲੇ ਜਾਂ ਗਪਲੇ ਕੋਈ ਨਹੀਂ ਹਨ। ਨੰਬਰ ਸਕਰੀਨ 'ਤੇ ਚੱਲਦਾ ਹੈ 0308-910-2811, ਨੰਬਰ ਡਿਸਕ੍ਰਿਪਸ਼ਨ 'ਤੇ ਵੀ ਆਉਂਦਾ, ਵੀਡੀਓ 'ਤੇ ਵੀ ਆਉਂਦਾ ਅਤੇ ਬੋਲਿਆ ਵੀ ਜਾਂਦਾ। ਵੀਡੀਓ ਚੰਗੀ ਲੱਗੀ ਵੀਡੀਓ ਨੂੰ ਕਰਨਾ ਲਾਈਕ, ਵੀਡੀਓ ਨੂੰ ਸੱਜਣਾ ਬੇਲੀਆਂ ਦੇ ਨਾਲ ਸ਼ੇਅਰ ਲਾਜ਼ਮੀ ਕਰਨਾ ਹੈ। ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।